ਤੇ ਚੰਡੀਗੜ੍ਹ ਦੇ ਵਿੱਚ ਲੋਕਲ ਰੂਟਾਂ ਤੇ ਬੱਸਾਂ ਚਲਾਉਣ ਦੇ ਲਈ ਚੰਡੀਗੜ੍ਹ ਤੇ ਹਰਿਆਣਾ ਜਿਹੜੇ ਆਮੋ ਸਾਹਮਣੇ ਹੋ ਗਏ ਨੇ, ਕਿਉਂਕਿ ਚੰਡੀਗੜ੍ਹ ਟਰਾਂਸਪੋਰਟ ਨੀਤੀ ਦੇ ਅਨੁਸਾਰ ਸੀਟੀਯੂ ਤੋਂ ਇਲਾਵਾ ਸ਼ਹਿਰ ਦੇ ਲੋਕਲ ਰੂਟਾਂ ਤੇ ਕੋਈ ਵੀ ਬੱਸਾਂ ਨਹੀਂ ਚਲਾ ਸਕਦਾ ਹੈ, ਪਰ ਹਰਿਆਣਾ ਦੇ ਜ਼ਬਰਦਸਤੀ ਕਾਲਕਾ ਤੋਂ ਪੀਜੀਆਈ ਤੱਕ ਬੱਸਾਂ ਚਲਾਈਆਂ ਨੇ। ਹੁਣ ਐਤਵਾਰ ਸ਼ਾਮ ਕਰੀਬ 7 ਵਜੇ ਐਸਟੀਏ ਨੇ ਹਰਿਆਣਾ ਦੀ ਬੱਸ ਨੂੰ ਫੜ ਕੇ ਚਲਾਨ ਦੇ ਨਾਲ ਜ਼ਬਤ ਕਰ ਲਿਆ। ਬੱਸ ਨੂੰ ਚੰਡੀਗੜ੍ਹ ਜਿਹੜਾ ਹੈ ਸੈਕਟਰ 17 ਦੇ ਸਥਿਤ ਪੁਲਿਸ ਸਟੇਸ਼ਨ ਦੇ ਵਿੱਚ ਖੜਾ ਕਰ ਦਿੱਤਾ ਗਿਆ, ਤੇ ਇਸੇ ਕਰਕੇ ਦੋਵੇਂ ਥਾਂ ਤੇ ਜਿਹੜਾ ਹੈ ਮੁਲਾਜ਼ਮਾਂ ਦੀ ਵੀ ਹਫੜਾ ਤਫੜੀ ਮੱਚ ਗਈ। ਜਿਹੜੀ ਚੰਡੀਗੜ੍ਹ ਦੀ ਟਰਾਂਸਪੋਰਟ ਪਾਲਿਸੀ ਹੈ ਉਹ ਦੇਖੋ, ਇਸ ਤਰ੍ਹਾਂ ਦਾ ਕੋਈ ਉਹਦੇ ਵਿੱਚ ਪ੍ਰੋਵੀਜ਼ਨ ਨਹੀਂ ਹੈ ਕਿ ਕੋਈ ਦੂਸਰੀ ਸਟੇਟ ਹੈ ਜਿਹੜੀ ਚੰਡੀਗੜ੍ਹ ਦੇ ਅੰਦਰ ਹੈ ਜਿਹੜੀ ਉਹ ਲੋਕਲ ਸਰਵਿਸ ਦੇਗੀ। ਹਰ ਤਰ੍ਹਾਂ ਦੀ ਪਾਲਿਸੀ ਬਣੀ ਹੋਈ ਹੈ, ਪਾਲਿਸੀ ਦੇ ਵਿੱਚ ਬੜਾ ਕਲੀਅਰ ਹੈ ਕਿ ਜਿਹੜੀ ਚੰਡੀਗੜ੍ਹ ਸ਼ਹਿਰ ਦੀ ਸਰਵਿਸ ਹੈ ਉਹ ਟੋਟਲ ਸੀਟੀਯੂ ਵੱਲੋਂ ਜਿਹੜੀ ਦਿੱਤੀ ਜਾਣੀ ਹੈ, ਉਹਦੇ ਵਿੱਚ ਬਾਕੀ ਸਟੇਟਾਂ ਜਿਹੜੀਆਂ ਉਹ ਨਹੀਂ ਚਲਾ ਸਕਦੀਆਂ। ਜਿਹੜੇ ਬੱਸ ਸਟੈਂਡ ਹੈ ਉੱਥੇ ਤੱਕ ਉਹਨਾਂ ਦੀਆਂ ਗੱਡੀਆਂ ਆ ਸਕਦੀਆਂ ਨੇ। ਸੋ ਪਰ ਜਿਹੜੇ ਹਰਿਆਣਾ ਰੋਡਵੇਜ ਹੈਗੀ ਹੈ, ਜਿਹੜੇ ਉਹਨਾਂ ਦੇ ਅਧਿਕਾਰੀ ਨੇ, ਉਹ ਕਾਲਕਾ ਤੋਂ PGI ਜਿਹੜੀ ਗੱਡੀ ਹੈ ਉਹ ਚੰਡੀਗੜ੍ਹ ਦੇ ਵਿੱਚ ਲਾਉਣਾ ਚਾਹੁੰਦੇ ਨੇ। ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਕਿ ਜਿਹੜੀ ਚੰਡੀਗੜ੍ਹ ਦੀ ਪਾਲਿਸੀ ਹੈ ਉਹ ਬਿਲਕੁਲ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ ਕਿ ਲੋਕਲ ਸਰਵਿਸ ਹੈ ਜਿਹੜੀ ਹਰਿਆਣਾ ਰੋਡਵੇਜ ਜਿਹੜੀ ਉਹ ਇਸ ਤਰ੍ਹਾਂ ਚਲਾਏ। ਉਹ ਬੱਸ ਸਟੈਂਡ ਤੱਕ ਆ ਸਕਦੇ ਆ, ਬੱਸ ਸਟੈਂਡ ਤੋਂ ਸਾਡੀ ਹਰ 1 ਮਿੰਟ ਬਾਅਦ 2 ਮਿੰਟ ਬਾਅਦ ਸਰਵਿਸ ਹੈ ਜਿਹੜੀ PGI ਦੇ ਲਈ ਹੈ, ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ। ਇਸ ਤਰ੍ਹਾਂ ਹੀ ਸਾਡੀ ਹਾਊਸਿੰਗ ਬੋਰਡ ਤੋਂ ਜਿਹੜੀ ਸਰਵਿਸ ਹੈ 2-2 ਮਿੰਟ ਬਾਅਦ ਉੱਥੋਂ ਸਾਡੀ ਸਰਵਿਸ ਹੈ PGI ਦੇ ਲਈ ਜਿਹੜੀ ਚਲਾਈ ਜਾ ਰਹੀ ਹੈ। ਪਰ ਹਰਿਆਣਾ ਰੋਡਵੇਜ ਜਿਹੜੀ ਹੈਗੀ ਹੈ, ਜਿਹੜੇ ਅਧਿਕਾਰੀ ਨੇ ਇਹਨੂੰ ਗਲਤ ਇਸਤੇਮਾਲ ਕਰਕੇ ਗੱਡੀ ਇਹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹਦਾ ਅਸੀਂ ਹਰ ਸਮੇਂ ਵਿਰੋਧ ਕਰਦੇ ਹਾਂ ਤੇ ਅੱਜ ਵੀ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ। ਇਸੇ ਤਰ੍ਹਾਂ ਇਹਨਾਂ ਨੇ ਜਿਹੜੀ ਗੱਡੀ ਕਾਲਕਾ ਤੋਂ PGI ਭੇਜੀ ਸੀ ਗੱਡੀ, ਉਸ ਗੱਡੀ ਨੂੰ ਅਸੀਂ ਰੋਕਿਆ, ਇੱਥੇ ਰੋਕ ਕੇ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਉਹਦੀ ਇਤਲਾਹ ਦਿੱਤੀ ਹੈਗੀ ਹੈ, ਉਹਦੇ ਉੱਤੇ ਜਿਹੜੀ ਕਾਰਵਾਈ ਕਰਵਾਈ ਹੈ ਤੇ ਉਹ ਗੱਡੀ ਬਾਉਂਡ ਕੀਤੀ ਗਈ ਹੈ, ਕਿਉਂਕਿ ਉਹ ਗੱਡੀ ਕੋਲ ਕੋਈ ਕਾਗਜ਼ ਪੱਤਰ ਨਹੀਂ, ਕੋਈ ਕੁਛ ਨਹੀਂ। ਉਹਨਾਂ ਦਾ ਤਰਕ ਇਹ ਹੈ ਕਿ ਜਿਹੜੀ ਆਪਣਾ ਇਲੈਕਟ੍ਰੀਕਲ ਜਿਹੜੀ ਬੱਸ ਹੈਗੀ ਹੈ ਉਹਨੂੰ ਕਿਤੇ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ। ਸਰ, ਮੈਂ ਜਸਵੰਤ ਸਿੰਘ ਜੱਸਾ, ਪ੍ਰੈਜੀਡੈਂਟ ਚੰਡੀਗੜ੍ਹ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ, ਜਨਰਲ ਸੈਕਟਰੀ ਭਾਰਤੀ ਮਜ਼ਦੂਰ ਸੰਘ ਚੰਡੀਗੜ੍ਹ, ਬਤੌਰ ਰਾਜ ਨੂੰ ਦੱਸਣਾ ਚਾਹੁੰਦਾ। ਸਭ ਤੋਂ ਪਹਿਲੀ ਗੱਲ, ਜੋ ਅਲੀਗਲ ਤੌਰ 'ਤੇ ਹਰਿਆਣਾ ਰੋਡ ਨੂੰ ਗੱਡੀ ਚਲਾਈ ਜਾ ਰਹੀ ਆ, ਉਸ ਦਾ ਸਾਡਾ ਸਮੁੱਚਾ ਸਟਾਫ ਜਿਹੜਾ ਸਖ਼ਤ ਵਿਰੋਧ ਕਰੇਗਾ, ਕਿਉਂਕਿ ਇੱਥੇ ਡਾਕੂਮੈਂਟ ਦੇ ਤੌਰ 'ਤੇ ਕੋਈ ਕਾਗਜ਼ ਪੱਤਰ ਦੀ ਗੱਲਬਾਤ ਨਹੀਂ ਚੱਲ ਰਹੀ ਵੀ ਡਾਕੂਮੈਂਟ ਹੈ ਜਾਂ ਨਹੀਂ ਹੈ। ਗੱਲ ਇਹ ਹੋ ਰਹੀ ਹੈ ਵੀ ਜੋ ਪ੍ਰਸ਼ਾਸਨ ਦਾ ਫੈਸਲਾ, ਸਿਟੀ ਸਰਵਿਸ ਜਿਹੜੀ ਆ CTU ਨੇ ਪ੍ਰੋਵਾਈਡ ਕਰਨੀ, ਤੇ ਜੋ ਚੰਡੀਗੜ੍ਹ ਦੀ ਪਬਲਿਕ ਆ ਭਲੀ ਬਾਤ ਆਪ ਜੀ ਨੂੰ ਦੱਸ ਸਕਦੀ ਹੈ ਵੀ CTU ਬਹੁਤ ਵਧੀਆ ਤਰੀਕੇ ਨਾਲ ਸੇਵਾਵਾਂ ਆਪਣੇ ਲੋਕਾਂ ਨੂੰ ਦੇ ਰਿਹਾ ਹੈ, ਤੇ ਉਹ ਜੋ ਚੰਡੀਗੜ੍ਹ ਪ੍ਰਸ਼ਾਸਨ ਦਾ ਫੈਸਲਾ ਉਸਦੇ ਉਲਟ ਜਾ ਕੇ ਜਿਹੜੀ ਹਰਿਆਣਾ ਰੋਡਵੇਜ਼ ਨੂੰ ਗੱਡੀ ਬੱਸ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਸ ਤੋਂ ਪਹਿਲਾਂ ਵੀ 2 ਵਾਰ ਕੋਸ਼ਿਸ਼ ਕੀਤੀ ਸੀ, 19 ਵਿੱਚ ਵੀ, 21 ਦੇ ਵਿੱਚ ਵੀ, ਉਸ ਟਾਈਮ ਵੀ ਜੋ ਸਾਡੇ ਟਰਾਂਸਪੋਰਟ ਦੇ ਅਦਾਰੇ ਕਾਮਿਆਂ ਨੇ ਉਹਦਾ ਸਖ਼ਤ ਵਿਰੋਧ ਕੀਤਾ ਸੀ, ਤੇ ਉਹ ਗੱਡੀ ਬੰਦ ਕਰਨੀ ਪਈ ਸੀ। ਅੱਜ ਅਸੀਂ ਇੱਥੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਵੀ ਜੋ ਪ੍ਰਸ਼ਾਸਨ ਦੇ ਖੁਦ ਦੇ ਫੈਸਲੇ ਨੇ ਉਹਨਾਂ ਉੱਤੇ ਪਹਿਰਾ ਦੇ ਕੇ ਉਸ ਜਿਹੜੀ ਗੱਡੀ ਚਲਾਈ ਜਿਹੜੀ ਉਹਦਾ ਜਿਹੜਾ ਬਕਾਇਦਾ ਤੌਰ 'ਤੇ ਪ੍ਰਸ਼ਾਸਨ ਵੱਲੋਂ ਵੀ ਵਿਰੋਧ ਕੀਤਾ ਜਾਵੇ। ਸਾਡੇ ਵਰਕਰ ਜਾਂ ਸਾਡੀ ਜਥੇਬੰਦੀ ਵਿਰੋਧ ਕਰ ਰਹੀ ਆ, ਪਰ ਅਸੀਂ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਜੋ ਸਾਡੀ ਜਥੇਬੰਦੀ ਆ ਟਰਾਂਸਪੋਰਟ ਦਾ ਇਕੱਲਾ ਕੰਮ ਹੈ, ਕਿਸੇ ਵੀ ਕੀਮਤ ਦੇ ਉੱਤੇ ਜਿਹੜੇ ਪ੍ਰਸ਼ਾਸਨ ਦੇ ਫੈਸਲੇ ਉਹਨਾਂ ਦੇ ਅਗੇਂਸਟ ਜਾ ਕੇ ਕੋਈ ਜਿਹੜੀ STU ਆ ਗੱਡੀ ਚਲਾਉਣ ਦੀ ਕੋਸ਼ਿਸ਼ ਕਰਦੀ ਆ ਉਹ ਨਹੀਂ ਚਲਾਉਣ ਦਿੱਤੀ ਜਾਵੇਗੀ।